ਸੁਲਤਾਨਪੁਰ ਲੋਧੀ ਦੇ ਪਿੰਡ ਠੱਠਾ 'ਚ ਸੰਤ ਬਾਬਾ ਵੀਰ ਸਿੰਘ ਨਰੰਗਾਬਾਦੀ ਦੇ ਸ਼ਹੀਦੀ ਪਰਬ 'ਤੇ ਲਗਾਏ ਮੇਲੇ 'ਚ ਕਾਂਗਰਸ ਪਾਰਟੀ ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਗਈ। ਇਸ ਮੌਕੇ 'ਤੇ ਵੱਡੀ ਸੰਖਿਆ 'ਚ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ। ਉੱਥੇ ਹੀ ਸਹਿਕਾਰਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਸਭ ਤੋਂ ਪਹਿਲਾਂ ਸਵਾਲ ਹੈ ਕਿ CISF ਨੂੰ ਤੁਸੀਂ ਕਹਿ ਰਹੇ ਹੋ ਜੀ ਜੇਲ੍ਹਾਂ ਦੀ ਉਹ ਦੇਣਾ ਚਾਹੁੰਦੇ, ਕੀ ਪੰਜਾਬ ਦੇ ਜਿਹੜੇ ਆਰਥਿਕ ਹਾਲਾਤ ਨੇ ਉਹਦੇ 'ਚ ਟੱਸ ਨਹੀਂ ਹੋਏਗਾ? ਇੱਥੇ ਵੇਖੋ, ਜਦੋਂ ਪੰਜਾਬ 'ਚ ਟੈਰਰਿਜ਼ਮ ਸੀ ਉਸ ਵੇਲੇ ਵੀ ਆਈ ਸੀ, ਹੁਣ ਵੀ ਜੇ ਸਾਨੂੰ ਲੋੜ ਪਈ ਹੈ ਬੜੇ ਸੈਂਸਿਟਿਵ ਜਿਹੜੇ ਇਸ਼ੂ ਨੇ, ਕਿ ਜਿਵੇਂ ਨਾਭਾ ਜੇਲ੍ਹ ਬ੍ਰੇਕ ਹੋਈ, ਇਹ ਗਵਰਨਮੈਂਟ ਆਫ ਇੰਡੀਆ ਕੋਲ ਅਸੀਂ ਡਿਮਾਂਡ ਰੱਖੀ ਸੀ ਔਰ ਉਹਦੇ ਲਈ ਸਾਨੂੰ ਜ਼ਰੂਰਤ ਵੀ ਸੀਗੀ ਕਿ ਜੇਲ੍ਹਾਂ ਦੇ ਵਿੱਚ। ਔਰ ਤੁਸੀਂ ਜੇ ਚੰਡੀਗੜ੍ਹ ਬਰੈਲ ਜੇਲ੍ਹ ਕਰੋ ਜਾਂ ਉੱਥੋਂ ਦੀ ਜਿਹੜੀ ਦਿੱਲੀ ਵਾਲੀ ਜੇਲ੍ਹ ਹੈ ਤਿਹਾੜ ਜੇਲ੍ਹ, ਉੱਥੇ ਵੀ ਬਾਹਰ ਦੀਆਂ ਫੋਰਸਿਸ ਜਿਹੜੀਆਂ ਲਾਈਆਂ ਜਾਂਦੀਆਂ ਨੇ। ਵੇਖੋ, ਜਿੱਥੇ ਸਿਕਿਉਰਿਟੀ ਦੀ ਗੱਲ ਆਉਂਦੀ ਆ ਉੱਥੇ ਸਾਨੂੰ ਫਿਰ ਇਹ ਚੀਜ਼ਾਂ ਨਹੀਂ ਵੇਖਣੀ ਪੈਂਦੀਆਂ। ਮੇਰੇ ਜਿਹੜਾ ਆਪਣਾ ਮੇਰਾ ਜੇਲ੍ਹ ਡਿਪਾਰਟਮੈਂਟ ਬੜਾ ਵਧੀਆ ਓਨੈਸਟ ਬੰਦੇ ਨੇ, ਜਿਹਨਾਂ ਨੇ ਬੜਾ ਡੱਟ ਕੇ ਅੰਦਰ ਜਿਹੜੇ ਬੈਠੇ ਨੇ ਗੈਂਗਸਟਰ ਬੈਠੇ ਉਹਨਾਂ ਨਾਲ ਲੜਾਈ ਵੀ ਲੜਦੇ ਨੇ।